ਅਸੀਂ ਸੇਮ ਗੁਰਦੁਆਰਾ ਸਾਹਿਬ ਤੋਂ ਸ਼ੁਰੂਆਤ ਕੀਤੀ ਆ ਅਤੇ ਅੱਜ ਐਤਵਾਰ ਕਰਕੇ ਸੰਗਤ ਬਹੁਤ ਆਈ ਸੀ ਗੁਰਦੁਆਰੇ ਅਤੇ ਅੱਜ ਗੁਰੂ ਹਰ ਰਾਏ ਜੀ ਦਾ ਜਨਮ ਦਿਨ ਵੀ ਸੀਗਾ ਇਸ ਕਰਕੇ ਸੰਗਤ ਕਾਫੀ ਇਕੱਠੀ ਹੋਈ ਸੀ ਅਤੇ ਅਸੀਂ ਮੱਥਾ ਟੇਕਿਆ ਚਾਹ ਪਾਣੀ ਪੀਤਾ ਅਤੇ ਹੁਣ ਅੱਜ ਜਿਹੜਾ ਡੈਸਟੀਨੇਸ਼ਨ ਆ ਉਹ ਹੈਗਾ ਜੀ ਪਹਿਲਗਾਮ ਅਤੇ ਅਸੀਂ ਜਾ ਰਹੇ ਹਾਂ ਜੀ ਅੱਜ ਪਹਿਲਗਾਮ ਅਤੇ ਅੱਜ ਲਾਸਟ ਆ ਪਹਿਲਗਾਮ ਅਤੇ ਇਸ ਤੋਂ ਅੱਗੇ ਫਿਰ ਅਸੀਂ ਕੱਲ੍ਹ ਨੂੰ ਪਿੰਡ ਨੂੰ ਚਲੇ ਚਲੋ ਅੱਜ ਆਪਣਾ ਹੈਗਾ ਡੇ 5 ਅਤੇ ਚੱਲੇ ਹਾਂ ਪਹਿਲਗਾਮ ਪਹਿਲਗਾਮ ਰਹਿ ਗਿਆ ਹੁਣ 24 ਕਿਲੋਮੀਟਰ ਹੈਗਾ ਅੱਧੇ ਘੰਟੇ ਦੀ ਬਾਟ ਆ ਅਤੇ ਉਹ ਸਾਹਮਣੇ ਦੇਖੋ ਪਹਾੜ ਉੱਚੇ ਬਰਫ ਨਾਲ ਲੱਗੇ ਹੋਏ ਅਤੇ ਦੇਖੋ ਅੱਜ ਕੱਲ੍ਹ ਗੁਲਮਾਰਗ ਗੇੜਾ ਕੱਢ ਕੇ ਆਏ ਹਾਂ ਅੱਜ ਪਹਿਲਗਾਮ ਆਏ ਹਾਂ ਅਤੇ ਇੱਥੋਂ ਦਾ ਕਿੱਦਾਂ ਦਾ ਐਕਸਪੀਰੀਅੰਸ ਰਹਿੰਦਾ ਤਾਂ ਹੁਣ ਜਾ ਕੇ ਪਤਾ ਲੱਗੂ ਪਹਾੜ ਬਹੁਤ ਸੋਹਣਾ ਨਜ਼ਾਰਾ ਪੇਸ਼ ਕਰ ਰਹੇ ਹਨ ਉਹਦੇ ਬਹੁਤ ਲੱਗਦੇ ਆ ਇਹ ਪਹਾੜੀਆਂ ਬੜੀਆਂ ਉੱਚੀਆਂ ਆ
ਫੋਟੋ ਹੀ ਬਣਾਈ ਹੈ। ਜਾਨਵਰ ਸਪੈਸ਼ਲੀ ਫੜੇ ਆਪਾਂ ਪਹਿਲਗਾਮ ਤੋਂ ਨਾ। تِمن کوٗتاہ چھِ دِوان کوٚت تھاونَس منٛز؟ ਅਸੀਂ ਕਹਿੰਦੇ ਜੀ ਪਹਿਲਗਾਮ, ਪਹਿਲਗਾਮ ਦਾ ਕਾਰ ਪਾਰਕ ਗੱਡੀਆਂ ਖੜ੍ਹਦੀ ਸਮਾਂ ਟੂਰਿਸਟ ਇੱਥੋਂ ਪਹਿਲਗਾਮ ਐਕਸਪਲੋਰ ਕਰਨ ਨਿਕਲਦੇ ਆ। ਕਾਰ ਪਾਰਕ ਆ ਅਤੇ ਆਹ ਉੱਡੀ ਰਾਈਡ ਕਰਦੇ ਆ। ਉੱਡੀ ਰਾਈਡ ਜਿਹੜਾ ਉਹ ਟਰੈਕਿੰਗ ਵਗੈਰਾ ਕਰਾਉਂਦੇ ਘੋੜੇ 'ਤੇ ਬਿਠਾ ਕੇ, ਘੋੜੀਆਂ ਸਾਰੀਆਂ ਹੈਗੀਆਂ। ਇੱਥੋਂ ਹੀ ਸਟਾਰਟਿੰਗ ਪੁਆਇੰਟ ਹੈ ਨਾ, ਇੱਥੋਂ ਟੂਰਿਸਟ ਬਿਠਾ ਕੇ ਲੈ ਕੇ ਜਾਂਦੇ ਆ। ਸਾਰਾ ਹੈਗਾ ਪਹਿਲਗਾਮ ਪਹਾੜਾਂ ਦੇ ਵਿੱਚ ਘਿਰਿਆ ਹੋਇਆ, ਮਸਜਿਦ ਬਣੀ ਹੋਈ ਆ, ਗੁਰਦੁਆਰਾ ਵੀ ਇੱਥੇ ਇੱਕ ਛੋਟਾ ਹੈ ਪਹਿਲਗਾਮ ਦੇ ਵਿੱਚ। ਵਗਦਾ ਪਾਣੀ ਇਹ ਸਾਰਾ ਪਹਾੜਾਂ 'ਚ ਆਉਂਦਾ ਬਰਫ ਪਿਘਲ ਪਿਘਲ ਕੇ। ਇੱਥੇ ਤੁਸੀਂ ਦੇਖੋਗੇ ਹੋਰ ਬਰਫ ਦੇ ਪਹਾੜ, ਖਤਰਨਾਕ ਹੈਗੀ ਅਰੂ ਵੈਲੀ ਪਹਿਲਗਾਮ ਤੋਂ ਅੱਗੇ ਆ ਇਹ 15 ਕਿਲੋਮੀਟਰ।
ਮਾਰੂ ਵੈਲੀ ਤੇ ਇੱਥੋਂ ਹੀ ਅਮਰਨਾਥ ਜਿਹੜੀ ਯਾਤਰਾ ਇਹਨੂੰ ਅੱਗੇ ਅਮਰਨਾਥ ਪੜਾਓ ਕਰਦੀ ਹੈ ਸੰਗਤ ਅਮਰਨਾਥ ਜਾਂਦੀ ਹੈ ਆਹ ਦੇਖੋ ਗੱਟ ਪੂਰਾ ਹੀ ਰਾਹ ਵਾ ਜਮਾ ਪੂਰਾ Take the next right. ਜੀ ਆਏ ਅਸੀਂ ਅਰੂ ਵੈਲੀ ਤੇ ਦੇਖੋ ਕਿੰਨੇ ਹੀ ਪਹਾੜ ਆ ਖੜੇ ਕਾਰ ਪਾਰਕ 'ਚ ਉੱਚੇ ਪਹਾੜ ਦੇਖੋ ਦੇਖੋ ਕਸ਼ਮੀਰੀ ਕੇਸਰ ਸ਼ਿਲਾਜੀਤ ਹਨੀ ਆਹ ਡਰਾਈ ਫਰੂਟ ਪਏ ਆ ਸਾਰੇ ਕਸ਼ਮੀਰੀ ਦੇ ਡਰਾਈ ਫਰੂਟ ਹੋ ਗਿਆ
ਟਿੱਕਰ ਬਣਾਈ ਆ ਕੇ ਪਾਣੀ ਦਾ ਰਸਾ ਇੱਥੇ ਟੂਰਿਸਟ ਆਉਂਦੇ ਆ ਕਸ਼ਮੀਰੀ ਡਰੈਸ ਪਾ ਕੇ ਫੋਟੋ ਕਰਾਉਂਦੇ ਆ ਅਤੇ ਇਹਦਾ ਗੌਰਮੈਂਟ ਨੇ ਉਹ ਰੇਟ 88 ਰੁਪਏ ਇੱਕ ਫੋਟੋ ਦੇ ਪਰ ਇਹ 100 ਰੁਪਈਆ ਲੈਂਦੇ ਆ ਜਦੋਂ ਗਾਹਕ ਇੱਕ ਵਾਰੀ ਫਸ ਗਿਆ ਅਤੇ ਫਿਰ ਉਹ 1000 ਤੋਂ ਘੱਟ ਨਹੀਂ ਛੁੱਟਣ ਦਿੰਦੇ ਉਹਨੂੰ ਡਿਫਰੈਂਟ ਡਿਫਰੈਂਟ ਐਂਗਲ ਤੋਂ ਫੋਟੋਆਂ ਬਣਾ ਬਣਾ ਕੇ 1000-1200 ਦਾ ਬਿੱਲ ਬਣਾ ਕੇ ਤੋਰਦੇ ਆ ਉਹਨਾਂ ਦੀ ਡਰੈਸ ਨਹੀਂ ਹੁੰਦੀ ਇੰਨੇ ਫੋਟੋਆਂ ਦੇ ਰੁਪਈਏ ਬਣਾ ਲੈਂਦੇ ਆ ਉਹ ਜੀ ਅਸੀਂ ਖੜ੍ਹੇ ਆਰੂ ਵੈਲੀ ਇਹ ਵਾਦੀਆਂ ਕਸ਼ਮੀਰ ਦੀਆਂ ਦੇਖੋ ਬਰਫੀਲੇ ਪਹਾੜ ਕਿੰਨਾ ਟੂਰਿਸਟ ਆਇਆ ਹੋਇਆ ਇੱਥੇ ਹੋਰਸ ਟਰੈਕਿੰਗ ਕਰਾਉਂਦੇ ਆ ਹੋਰਸ ਪੋਨੀ ਰਾਈਡਿੰਗ ਅਤੇ ਆਹ ਦੇਖੋ ਕਿੰਨੀਆਂ ਸੋਹਣੀਆਂ ਵਾਦੀਆਂ ਪਹਾੜ ਬਰਫ਼ ਨਾਲ ਲੱਦੇ ਹੋਏ ਉਹ ਦੇਖੋ ਹਾਂ ਨਮਾਜ਼ ਚੱਲ ਪਈ ਨਮਾਜ਼ ਦਾ ਟਾਈਮ ਹੋ ਗਿਆ ਜਿਹੜਾ ਆਰੂ ਟਾਊਨ ਹੈ ਇਹ ਛੋਟਾ ਜਿਹਾ ਆਹ ਜਿਹੜੀਆਂ ਛੱਤਾਂ ਹਰੇ ਰੰਗ ਦੀਆਂ ਦੇਖ ਰਹੇ ਹਾਂ ਪਿੱਛੇ ਉਹ ਘਰ ਇਹ ਸਾਰਾ ਆਰੂ ਟਾਊਨ ਆ ਇੱਥੋਂ ਅਮਰਨਾਥ ਦੀ ਯਾਤਰਾ ਜਿਹੜੀ ਉਹ ਵੀ ਸਟਾਰਟ ਹੁੰਦੀ ਆ ਸ਼ਰਧਾਲੂ ਇੱਦੋਂ ਅੱਗੇ ਜਾਂਦੇ ਅਮਰਨਾਥ ਨੂੰ ਅਤੇ ਇਹ ਉੱਧਰਲੀ ਸਾਈਡ ਹੀ ਆ ਜਾਂਦਾ ਬਹੁਤ ਸੋਹਣੀਆਂ ਵਾਦੀਆਂ ਅਤੇ ਥੋੜ੍ਹੀ ਥੋੜ੍ਹੀ ਕਣਮਣ ਹੋ ਰਹੀ ਆ ਮੀਂਹ ਦੀ ਅਤੇ ਜਿਹੜਾ ਰਸਤਾ ਸੀ ਪਹਿਲਗਾਮ ਤੋਂ ਇੱਥੇ ਬਹੁਤ ਹੀ ਖਤਰਨਾਕ ਆ ਗੱਡੀ ਇੱਕ ਟਾਈਮ 'ਤੇ ਪਾਸ ਹੁੰਦੀ ਆ ਬਹੁਤ ਸੋਹਣੀਆਂ ਵਾਦੀਆਂ ਸਾਈਡਾਂ 'ਤੇ ਪਰ ਰਸਤਾ ਬਹੁਤ ਖਤਰਨਾਕ ਆ ਸਪੈਸ਼ਲੀ ਜਦੋਂ ਮੀਂਹ ਪੈ ਜਾਂਦਾ ਗਿੱਲਾ ਹੋ ਜਾਂਦਾ ਉਦੋਂ ਬਾਅਦ ਤਿਲਕਣ ਹੋ ਜਾਂਦੀ ਹੈ ਗੱਡੀਆਂ ਡਿੱਗਣ ਦਾ ਰਸਤਾ ਬੰਦ ਹੋਣ ਦਾ ਬਹੁਤ ਚਾਂਸ ਰਹਿੰਦੇ ਆ ਲੋਕ ਇੰਜੋਏ ਕਰ ਰਹੇ ਅੱਜ ਸੰਡੇ ਦਾ ਦਿਨ ਹੈ ਸ਼ਾਇਦ ਉਸ ਕਰਕੇ ਵੀ ਜ਼ਿਆਦਾ ਭੀੜ ਆ ਬਾਕੀ ਸਾਨੂੰ ਕਈ ਟੂਰਿਸਟ ਮਿਲਿਆ ਕੋਈ ਦਿੱਲੀ ਤੋਂ ਬੰਬੇ ਤੋਂ ਮਹਾਰਾਸ਼ਟਰ ਤੋਂ ਕੇਰਲਾ ਤੋਂ ਬੜੀ ਦੂਰੋਂ ਦੂਰੋਂ ਆਏ ਹੋਏ ਲੋਕ ਘੁੰਮਣ ਸਪੈਸ਼ਲੀ